ਬੇਹੱਦ ਵੱਡੀ ਤੇ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਤਿੰਨ ਬੱਚੇ ਨਹਾਉਣ ਗਏ ਸੀ ਨਹਿਰ ਦੇ ਵਿੱਚ, ਤਿੰਨੇ ਡੁੱਬ ਗਏ। ਰੱਸੀ ਨੂੰ ਫੜ ਕੇ ਨਹਾ ਰਹੇ ਸੀ, ਅਚਾਨਕ ਰੱਸੀ ਟੁੱਟੀ ਅਤੇ ਤਿੰਨੇ ਇਸ ਨਹਿਰ ਦੇ ਵਿੱਚ ਡੁੱਬ ਗਏ, ਜਿਸ ਤੋਂ ਬਾਅਦ ਲਗਾਤਾਰ ਉਹਨਾਂ ਦੀ ਭਾਲ ਕੀਤੀ ਜਾ ਰਹੀ ਹੈ। ਹੁਣ ਤੱਕ ਜਿਹੜੀਆਂ ਲਾਸ਼ਾਂ ਨੇ ਹੁਣ ਤੱਕ ਨਹੀਂ ਮਿਲੀਆਂ। ਪਰਿਵਾਰਕ ਮੈਂਬਰ ਨੇ ਜਿਹੜੇ ਉਹਨਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਹੈ। ਹੁਣ ਲੁਧਿਆਣਾ ਤੋਂ ਬਾਅਦ ਅੰਮ੍ਰਿਤਸਰ ਦੇ ਰਾਜਾ ਸਾਂਸੀ ਨੇੜੇ ਨਹਿਰ ਦੇ ਵਿੱਚ ਤਿੰਨ ਬੱਚੇ ਡੁੱਬ ਗਏ ਨੇ। ਲਾਹੌਰ ਬ੍ਰਾਂਚ ਨਹਿਰ ਦੇ ਵਿੱਚ ਨਹਾਉਣ ਗਏ ਇਹ ਤਿੰਨ ਬੱਚੇ, ਰੱਸੀ ਫੜ ਕੇ ਨਹਾ ਰਹੇ ਹੁੰਦੇ ਨੇ, ਅਚਾਨਕ ਰੱਸੀ ਪਤਲੀ ਹੋਣ ਕਾਰਨ ਰੱਸੀ ਟੁੱਟ ਜਾਂਦੀ ਹੈ ਅਤੇ ਤਿੰਨੇ ਇਸ ਨਹਿਰ ਦੇ ਵਿੱਚ ਡੁੱਬ ਜਾਂਦੇ ਨੇ। ਗੋਤਾਖੋਰਾਂ ਦੇ ਵੱਲੋਂ ਬੱਚਿਆਂ ਦੀ ਭਾਲ ਕੀਤੀ ਜਾ ਰਹੀ ਹੈ। ਦੇਖੋ ਕਿੰਨੇ ਸਾਰੇ ਗੋਤਾਖੋਰ ਇਸ ਨਹਿਰ ਦੇ ਵਿੱਚ ਉਹਨਾਂ ਬੱਚਿਆਂ ਦੀ ਭਾਲ ਕਰ ਰਹੇ ਨੇ, ਪਰ ਬੱਚੇ ਹੁਣ ਤੱਕ ਨਹੀਂ ਲੱਭੇ। ਮਾਵਾਂ ਜਿਹੜੀਆਂ ਨੇ ਇਹਨਾਂ ਬੱਚਿਆਂ ਦੀਆਂ, ਪਰਿਵਾਰ ਜਿਹੜਾ ਹੈ ਉਹ ਨਹਿਰ ਦੇ ਕੰਢੇ 'ਤੇ ਬੈਠ ਕੇ ਆਹੀ ਆਸਾਂ ਉਮੀਦਾਂ ਲਾ ਰਿਹਾ ਹੈ, ਵਾਹਿਗੁਰੂ ਅੱਗੇ ਅਰਦਾਸ ਕਰ ਰਿਹਾ ਹੈ ਕਿ ਉਹਨਾਂ ਦੇ ਬੱਚੇ ਲੱਭ ਜਾਣ। ਹਾਲਾਂਕਿ ਹੁਣ ਤੱਕ ਨਹੀਂ ਲੱਭੇ, ਲੋਕਾਂ ਦਾ ਇਹੀ ਕਹਿਣਾ ਹੈ ਕਿ ਹੁਣ ਤੱਕ ਮੌਤ ਹੋ ਚੁੱਕੀ ਹੋਵੇਗੀ ਉਹਨਾਂ ਦੀ, ਪਰ ਫਿਰ ਵੀ ਪਰਿਵਾਰ ਜਿਹੜਾ ਹੈ ਉਹ ਆਸਾਂ ਲਗਾਈ ਬੈਠਾ ਹੈ। ਪਰ ਜਿਹੜੀਆਂ ਮਾਵਾਂ ਨੇ ਉਹ ਰੋ ਰੋ ਕੇ ਬੁਰਾ ਹਾਲ ਹੈ ਉਹਨਾਂ ਦਾ, ਕਿਉਂਕਿ ਜਿਗਰ ਦੇ ਟੋਟੇ ਜਿਹੜੇ ਘਰੋਂ ਕਹਿ ਕੇ ਨਿਕਲੇ ਸੀ ਖੇਡਣ ਚੱਲੇ ਹਾਂ, ਪਰ ਨਹਿਰ 'ਤੇ ਨਹਾਉਣ ਲੱਗ ਪਏ। ਹਾਲਾਂਕਿ ਤੁਹਾਨੂੰ ਦੱਸੀਏ ਕਿ ਮਾਂ ਬਾਪ ਦੇ ਵੱਲੋਂ ਕਈ ਵਾਰ ਮਨਾ ਕੀਤਾ ਜਾਂਦਾ ਹੈ, ਪਰ ਬੱਚੇ ਉਸ ਗੱਲ ਦਾ ਗੁੱਸਾ ਕਰ ਜਾਂਦੇ ਨੇ, ਪਰ ਹਮੇਸ਼ਾ ਮਾਂ ਬਾਪ ਆਪਣੇ ਬੱਚਿਆਂ ਦੀ ਭਲਾਈ ਚਾਹੁੰਦੇ ਨੇ, ਇਸੇ ਕਰਕੇ ਇਹਨਾਂ ਕੰਮਾਂ ਤੋਂ ਰੋਕਿਆ ਜਾਂਦਾ ਹੈ। ਜਿਹੜੀ ਲੁਧਿਆਣਾ ਦੇ ਵਿੱਚ ਵੀ ਚਾਰ ਬੱਚਿਆਂ ਦੀ ਡੁੱਬਣ ਕਾਰਨ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਸਤਲੁਜ ਨਹਿਰ ਦੇ ਨੇੜੇ ਤੇੜੇ ਸਤਲੁਜ ਦਰਿਆ ਅਤੇ ਨਹਿਰ ਜਿੱਥੇ ਜਿੱਥੇ ਲੰਘਦੀ ਹੈ ਉੱਥੇ ਉੱਥੇ ਪੁਲਿਸ ਦੀ ਨਾਕਾਬੰਦੀ ਕੀਤੀ, ਕਿਸੇ ਨੂੰ ਵੀ ਨਹਾਉਣ ਦੀ ਉੱਥੇ ਹੁਣ ਅਨੁਮਤੀ ਨਹੀਂ ਹੈ, ਕਿਸੇ ਨੂੰ ਵੀ ਪਰਮਿਸ਼ਨ ਨਹੀਂ ਹੈ। ਜਿਹੜਾ ਵੀ ਨਹਾਉਂਦਾ ਉਹਦਾ ਚਲਾਨ ਵੀ ਕੱਟਿਆ ਜਾਂਦਾ ਹੈ ਅਤੇ ਪੁਲਿਸ ਉਸਨੂੰ ਸਜ਼ਾ ਵੀ ਦਿੰਦੀ ਹੈ। ਤਾਂ ਹੁਣ ਲੁਧਿਆਣਾ ਤੋਂ ਬਾਅਦ ਇਹ ਅੰਮ੍ਰਿਤਸਰ ਤੋਂ ਮਾਮਲਾ ਦੇਖਣ ਨੂੰ ਮਿਲਿਆ, ਜਿੱਥੇ ਲਾਹੌਰ ਬ੍ਰਾਂਚ ਇੱਕ ਨਹਿਰ ਰਾਜਾ ਸਾਂਸੀ ਨੇੜਿਓਂ ਲੰਘਦੀ ਹੈ। ਰਾਜਾ ਸਾਂਸੀ ਦੇ ਨੇੜਿਓਂ ਲੰਘ ਰਹੀ ਇਸ ਨਹਿਰ ਦੇ ਵਿੱਚ ਬੱਚੇ ਨਹਾਉਣ ਗਏ ਅਤੇ ਤਿੰਨੇ ਡੁੱਬ ਗਏ, ਤਾਂ ਬੇਹੱਦ ਮੰਦਭਾਗੀ ਖਬਰ ਹੈ। ਸਥਾਨਕ ਲੋਕ ਅਤੇ ਗੋਤਾਖੋਰ ਬੱਚਿਆਂ ਨੂੰ ਲੱਭ ਰਹੇ ਨੇ, ਲਾਸ਼ਾਂ ਲੱਭ ਰਹੇ ਨੇ ਉਹਨਾਂ ਦੀਆਂ, ਪਰ ਹੁਣ ਤੱਕ ਨਹੀਂ ਲੱਭ ਸਕੇ ਨੇ। ਪਰਿਵਾਰਕ ਮੈਂਬਰਾਂ ਸਮੇਤ ਪਿੰਡ ਦੇ ਲੋਕ ਵੱਡੀ ਗਿਣਤੀ ਦੇ ਵਿੱਚ ਮੌਕੇ 'ਤੇ ਪਹੁੰਚੇ ਨੇ, ਜਿੱਥੇ ਉਹਨਾਂ ਨੇ ਭਾਲ ਜਾਰੀ ਰੱਖੀ ਹੋਈ ਹੈ। ਬੱਚੇ ਦੇ ਪਰਿਵਾਰਕ ਮੈਂਬਰ ਕੀ ਕਹਿ ਰਹੇ ਨੇ, ਹੋਰ ਜਿਹੜੇ ਲੋਕ ਸਥਾਨਕ ਆਏ ਨੇ ਉੱਥੇ ਉਹ ਕੀ ਕਹਿ ਰਹੇ ਨੇ ਉਹ ਜਾਣਦੇ ਹਾਂ। ਬੱਚਿਆਂ ਦਾ ਨਾਮ ਕੀ ਸੀ ਉਹ ਵੀ ਜਾਣਦੇ ਹਾਂ। ਲਵਪ੍ਰੀਤ ਸਿੰਘ, ਉਹ ਤੇ ਰਹਿੰਦੇ ਇੱਥੇ, ਉਹਦੇ ਕਦੀ ਡੁੱਬਿਆ ਹੀ ਨਹੀਂ ਆ। ਅੱਗੇ ਵੀ ਨਹਾਉਂਦਾ ਸੀ? ਹਾਂਜੀ, ਉਹਦੇ ਡੰਗਰ ਬੱਚਾ ਵਿਚਾਰਦੇ ਕਦੋਂ ਦੇ। ਅੱਜ ਭਰਾਵਾ ਨਹਾਉਂਦੇ ਨਹਾਉਂਦੇ ਤਿੰਨ ਜਣੇ ਡੁੱਬ ਗਏ, ਮੇਲਾ ਵੇਖਣ ਆਏ। ਨਹਿਰ ਦੇ ਬੱਚੇ ਨਹਾਉਣ ਆਏ ਜੀ। ਕੀ ਨਾਮ ਬੱਚੇ ਦਾ? ਨਾਂ ਕੀ? ਲਵਪ੍ਰੀਤ ਸਿੰਘ। ਕਿੰਨੇ ਜਣੇ ਨਹਾਉਣ ਆਏ? ਤਿੰਨ ਬੱਚੇ ਨਹਾਉਣ ਆਏ ਜੀ। ਅੱਛਾ, ਕੀ ਗੱਲ ਹੋਈ ਹੁਣ? ਡੁੱਬ ਗਏ ਨਹਿਰ ਚ ਜੀ। ਹੁਣ
ਹੋਰ ਵੀ ਆਇਆ ਕੋ ਲੱਭਣ ਸਰਕਾਰੀ ਮੁਲਾਜ਼ਮ ਆਏ ਕੋ ਲੱਭਣ ਵਾਸਤੇ ਲੇਕਿਨ ਗੋਤਾ ਖੋਰ ਆਏ ਕਿ ਨਹੀਂ ਹਲੇ ਨਹੀਂ ਆਏ ਤੇ ਕਿੰਨਾ ਵੱਲੋਂ ਸੇਵਾ ਚੱਲ ਰਹੀ ਸਾਰੇ ਪਿੰਡ ਦੇ ਰੁਕੀ ਦੇਖ ਲੋ ਹਾਂਜੀ ਅਮਰਪਾਲ ਭਾਈ ਨਾਮ ਦੇ ਮੁੰਡੇ ਬੱਚੇ ਡੁੱਬੇ ਕਿੰਨੇ ਚਿਰ ਦੇ ਤੁਸੀਂ ਲੱਭਣ ਡੇ ਜੇ ਜੀ 12:30 ਵਜੇ 11:30 ਤੱਕ ਡੁੱਬੇ ਜੋ ਹਾਂਜੀ ਤੇ ਤੁਸੀਂ ਲੱਭਣ ਡੇ ਜੇ ਪਾਣੀ ਲੱਭਣ ਡੇ ਹਾਂਜੀ ਕਿੰਨਾ ਡੂੰਗਾ ਪਾਣੀ ਹੈ ਪਾਣੀ ਵੀ 10 ਘੁੱਟ ਹੈਗਾ 10-15 ਘੁੱਟ ਹੈਗਾ ਜੀ ਤੇ ਕੀ ਲੱਗਦਾ ਆ ਹੁਣ ਤੱਕ ਤੁਸੀਂ ਵੇਖਿਆ ਕੀ ਲੱਭਾ ਕੁਝ ਵੇਖਿਆ ਨਹੀਂ ਭਾਈ ਲੱਭਾ ਨਹੀਂ ਤਾਂ ਕੁਝ ਉਹਦਾ ਕੋਸਟ ਕੱਢਦੇ ਆ ਪਰ ਬਹੁਤ ਖਰਾਬ ਹੋ ਗਈ ਹੈ ਪੰਜਾਬ ਕੋਲ ਨੇ ਪਾਣੀ ਦਾ ਕਿੰਨਾ ਕੋਈ ਬਹਾਵ ਨਹੀਂ ਕੀਤਾ ਹਾਂਜੀ ਪਾਣੀ ਦਾ ਬਹਾਵ ਕਿੰਨਾ ਤੇਜ਼ ਹੈ ਪਾਣੀ ਦਾ ਭਾਈ ਬਹੁਤ ਤੇਜ਼ ਹੋ ਕੀ ਹੁਣ ਗੋਤੇ ਖੋਰਾਂ ਨਾਲ ਲਿਆ ਕੇ ਨਿਕਲ ਸਕਦੇ ਕਿ ਤੁਹਾਡੇ ਲਈ ਉਹਨਾਂ ਦੇ ਹੁੰਦੇ ਨਿਕਲ ਸਕਦਾ ਉਹਨਾਂ ਵਿੱਚ ਅਸੀਂ ਤੇ ਕੋਸਟ ਕੱਢਦੇ ਆਪਣੀ ਪਰ ਗੱਲ ਨਹੀਂ ਬਣਦੀ ਇੱਥੇ ਕਿਉਂਕਿ ਪਾਣੀ ਦਾ ਵਿਹਾਅ ਬੜਾ ਜ਼ਿਆਦਾ ਜੋ ਰੱਸੀ ਬੰਨ ਕੇ ਪੈਣ ਦਾ ਰੱਸੀ ਹੁੰਦੀ ਆ ਉਹ ਬੰਨ ਕੇ ਤੇ ਨਹਾਉਣ ਡੇ ਪਏ ਨੇ ਤਿੰਨ ਮੁੰਡੇ ਪਹਿਲੋਂ ਵੜੇ ਚੌਥਾ ਵੀ ਵੜ ਗਿਆ ਤੇ ਜੋ ਰੱਸੀ ਟੁੱਟ ਗਈ ਚੌਥਾ ਗਿਆ ਬਾਜ ਉਹ ਬਾਹਰ ਮੁੰਡਾ ਉਹਨੂੰ ਖਿੱਚ ਲਿਆ ਬਾਹਰ ਇੱਕ ਮੁੰਡੇ ਨੇ ਜੇ ਚੌਥਾ ਮੁੰਡਾ ਨਾ ਉਹਨੂੰ ਖਿੱਚ ਲਿਆ ਉਹਦੇ ਭਰਾ ਨੇ ਉਹ ਤਿੰਨ ਜਿਹੜੇ ਮੁੰਡੇ ਇੱਕ ਦੂਜੇ ਨੂੰ ਬਚਾਉਂਦੇ ਬਚਾਉਂਦੇ ਡੁੱਬ ਗਏ ਆ ਇਹ ਕਾਰਵਾਈ ਹੈ ਪਾਣੀ ਦਾ ਬਹਾਅ ਜ਼ਿਆਦਾ ਕੀ ਲੱਗਦਾ ਕਿ ਡੁੱਬ ਕੇ ਗਾਂ ਚਲ ਗਏ ਹੋਣਗੇ ਕਿਤੇ ਕੀ ਲੱਗਦਾ ਪਾਣੀ ਬਹੁਤ ਜ਼ੋਰ ਤੇ ਜ਼ਿਆਦਾ 10-12 ਫੁੱਟ ਪਾਣੀ ਹੈਗਾ ਆ 10 ਫੁੱਟ ਤੇ ਪਾਣੀ ਹੈਗਾ ਹੈਗਾ ਨਾ ਤੇ ਪਾਣੀ ਬਹੁਤ ਜ਼ੋਰ ਨਾਲ ਵਗਣ ਡਿਆ ਤੇ ਜਿਹੜੇ ਟੋਵੇ ਵਿੱਚ ਵਾੜੇ ਮੁੰਡੇ ਨੇ ਇਹਨਾਂ ਦੇ ਪੈਰ ਨਹੀਂ ਲੱਗਣ ਡੇ ਇੰਨੇ ਜ਼ੋਰ ਨਾਲ ਰੁੜਦੇ ਜਾਣ ਦੇ ਰਸੇ ਫਰ ਖਿੱਚਣ ਡਏ ਆ ਉਹ ਗਾਂ ਰੋਡ ਪਾਇਆ ਜਾਣ ਦਾ ਰੋਡ ਪਿਆ ਜਾਣ ਦਾ ਕੀ ਮੰਗ ਕਰਦੇ ਸਰਕਾਰ ਕੋਲ ਸਰਕਾਰ ਨੂੰ ਇਹ ਮੰਗ ਕੀਤੀ ਮੁਲਾਜ਼ਮ ਆਏ ਤਾਂ ਉਹਨਾਂ ਕਿਹਾ ਟੋਬੇ ਬੁਲਾਓ ਤੂੰ ਆਉਂਦੇ ਸੀ ਫੋਨ ਕੀਤਾ ਲਾਗੋ ਚਾਗੋ ਤੇ ਮਿਲਣੇ ਨਹੀਂ ਆ ਹਰੀ ਲਾਗੋ ਮਿਲਣੇ ਦਰਿਆ ਦੇ ਕੰਢੇ ਟੋਬੇ ਬੈਠੇ ਹੁੰਦੇ ਆ ਇੱਥੇ ਲਾਗੇ ਚਾਗੋ ਟੋਬੇ ਨਹੀਂ ਮਿਲਦੇ ਉਹ ਆਉਂਦੇ ਵੀ ਵੱਡਿਆ ਸੀ ਉਹਨਾਂ ਗੱਲ ਕੀਤੀ ਆਉਂਦੇ ਟੋਬੇ ਭੇਜ ਦਿੰਦੇ ਆ ਇਹੋ ਗੱਲ ਹੋਈ ਆ ਤੇ ਪੁਲਿਸ ਹੁਣ ਫਿਰ ਭੱਟੇ ਵੱਡੇ ਪੁਲਾਂ ਤੇ ਗਈ ਆ ਫਿਰ ਗਈ ਆ ਉੱਥੇ ਮੁਲਾਜ਼ਮ ਨਾਲ ਲਾਏ ਆ ਜਿੱਥੇ ਲੱਗੇ ਨਾ ਉਹ ਦਰਵਾਜ਼ੇ ਲੱਗੇ ਆ ਉੱਥੇ ਮੁਲਾਜ਼ਮ ਲਾਏ 2-3 ਡੰਡੇ ਫੜ ਕੇ ਗਾੜੀ ਲਾਤੇ ਆ ਵੀ ਉੱਥੋਂ ਜੇ ਪਤਾ ਲੱਗ ਜਾਵੇ ਵੀ ਆਉਣਗੇ ਸਾਈਡ ਕਰ ਲਾਂਗੇ ਥੱਲੇ ਡੁੱਬੇ ਆਉਣ ਤੇ